ਸਿੱਖ ਧਰਮ ਇੱਕ ਅਜੋਕਾ ਧਰਮ ਪੂਰੀ ਦੁਨੀਆ ਦੇ ਵਿੱਚ, ਜਿਸ ਵਿੱਚ ਸੇਵਾ ਭਾਵਨਾ ਦੀ ਗੱਲ ਕਰੀਏ ਤਾਂ ਸ਼ਾਇਦ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਸੇਵਾ ਭਾਵਨਾ ਸਿੱਖ ਧਰਮ ਦੇ ਵਿੱਚ ਹੈ। ਸਿੱਖ ਧਰਮ ਦਾਨ ਕਰਨ ਵਿੱਚ ਸਭ ਤੋਂ ਅੱਗੇ ਹੈ। ਲੰਗਰ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਅਤੇ ਹਰ ਗੁਰਦੁਆਰਾ ਸਾਹਿਬ ਵਿੱਚ ਲੰਗਰ ਜੋ ਹੈ ਉਹ ਹਰ ਵੇਲੇ ਯਾਤਰੂਆਂ ਲਈ, ਸ਼ਰਧਾਲੂਆਂ ਲਈ ਹਮੇਸ਼ਾ ਹੀ ਅਵੇਲੇਬਲ ਹੁੰਦਾ ਹੈ। ਲੇਕਿਨ ਚੰਡੀਗੜ੍ਹ ਦੇ ਸੈਕਟਰ 28B ਦੇ ਵਿੱਚ ਇੱਕ ਅਜਿਹਾ ਗੁਰਦੁਆਰਾ ਹੈ ਜਿੱਥੇ ਨਾ ਗੋਲਕ ਹੈ ਤੇ ਨਾ ਹੀ ਲੰਗਰ ਹੈ। ਲੰਗਰ ਹੈ ਤਾਂ ਮੇਰਾ ਮਤਲਬ ਕਿ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਬਣਦਾ ਨਹੀਂ, ਪਰ ਫਿਰ ਵੀ ਬਾਵਜੂਦ ਇਸ ਦੇ ਕੋਈ ਵੀ ਸ਼ਰਧਾਲੂ ਜਿਹੜਾ ਹੈ ਉੱਥੋਂ ਭੁੱਖਾ ਨਹੀਂ ਜਾਂਦਾ ਹੈ। ਹਾਲਾਂਕਿ ਉੱਥੇ ਇੰਨਾ ਲੰਗਰ ਬਚਦਾ ਹੈ ਕਿ ਸ਼ਰਧਾਲੂਆਂ ਦੇ ਖਾਣ ਤੋਂ ਬਾਅਦ ਉਹ ਚੰਡੀਗੜ੍ਹ ਦੇ ਵੱਡੇ ਹਸਪਤਾਲਾਂ ਦੇ ਵਿੱਚ ਲੋੜਵੰਦ ਲੋਕਾਂ ਵਾਸਤੇ ਭੇਜਿਆ ਜਾਂਦਾ ਹੈ। ਇਹ ਗੁਰਦੁਆਰਾ ਹੈ ਸੈਕਟਰ 28B ਚੰਡੀਗੜ੍ਹ ਦੇ ਵਿੱਚ ਨਾਨਕਸਰ ਗੁਰਦੁਆਰਾ ਸਾਹਿਬ। ਤੇ ਆਓ ਅੱਜ ਜਾਣਦੇ ਹਾਂ ਇਸ ਗੁਰਦੁਆਰਾ ਸਾਹਿਬ ਬਾਰੇ ਕਿ ਇੱਥੇ ਇਹ ਕਿਵੇਂ ਹੋ ਪਾਉਂਦਾ ਹੈ ਕਿ ਨਾ ਇੱਥੇ ਗੋਲਕ ਹੈ ਤੇ ਨਾ ਇੱਥੇ ਲੰਗਰ ਬਣਦਾ ਹੈ ਤੇ ਬਾਵਜੂਦ ਇਸਦੇ ਇੱਥੋਂ ਕੋਈ ਵੀ ਸ਼ਰਧਾਲੂ ਭੁੱਖਾ ਨਹੀਂ ਜਾਂਦਾ। ਆਓ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇੱਥੇ ਦੇ ਜਿਹੜੇ ਮੁੱਖ ਸੇਵਾਦਾਰ ਨੇ ਬਾਬਾ ਗੁਰਦੇਵ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਗੱਲਬਾਤ ਕਰਦੇ ਹਾਂ ਕੁਛ ਸ਼ਰਧਾਲੂਆਂ ਦੇ ਨਾਲ ਕਿ ਇਸ ਸਭ ਦੇ ਪਿੱਛੇ ਕੀ ਕਹਾਣੀ ਹੈ। ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖ ਧਰਮ ਇੱਕ ਅਜਿਹਾ ਧਰਮ ਹੈ ਜਿਸ ਵਿੱਚ ਅਗਰ ਗੱਲ ਕਰੀਏ ਦਾਨ ਦੀ ਤਾਂ ਸਿੱਖ ਦਾਨ ਕਰਨ ਵਿੱਚ ਸਭ ਤੋਂ ਅੱਗੇ ਨੇ। ਤੇ ਜੇ ਗੱਲ ਕਰੀਏ ਲੰਗਰ ਦੀ, ਗੁਰੂ ਨਾਨਕ ਵੱਲੋਂ ਚਲਾਇਆ ਲੰਗਰ ਹਰ ਗੁਰਦੁਆਰੇ ਦੀ ਸ਼ਾਨ ਹੈ। ਸਿੱਖ ਧਰਮ ਵਿੱਚ ਲੰਗਰ ਦੀ ਇੱਕ ਖਾਸ ਮਰਿਆਦਾ ਹੈ, ਲੰਗਰ ਦਾ ਇੱਕ ਖਾਸ ਸਥਾਨ ਹੈ। ਲੇਕਿਨ ਅਸੀਂ ਚੰਡੀਗੜ੍ਹ ਦੇ ਇੱਕ ਐਸੇ ਗੁਰਦੁਆਰੇ ਵਿੱਚ ਆਏ ਹਾਂ ਜਿੱਥੇ ਨਾ ਤੇ ਗੋਲਕ ਹੈ ਤੇ ਨਾ ਹੀ ਉੱਥੇ ਲੰਗਰ ਬਣਦਾ ਹੈ, ਪਰ ਉੱਥੋਂ ਕੋਈ ਵੀ ਸੰਗਤ ਕਦੇ ਵੀ ਭੁੱਖੀ ਨਹੀਂ ਜਾਂਦੀ। ਇਸ ਪਿੱਛੇ ਕੀ ਕਾਰਨ ਹੈ ਔਰ ਇਹਦੇ ਪਿੱਛੇ ਦੀ ਕੀ ਕਹਾਣੀ ਹੈ, ਇਸ ਬਾਰੇ ਗੱਲ ਕਰਨ ਆਏ ਹਾਂ। ਅਸੀਂ ਗੁਰਦੁਆਰਾ ਸਾਹਿਬ ਦੇ ਜਿਹੜੇ ਮੁੱਖ ਨੇ, ਡੇਰਾ ਮੁਖੀ ਬਾਬਾ ਗੁਰਦੇਵ ਸਿੰਘ ਜੀ, ਆਈਏ ਉਹਨਾਂ ਦੇ ਨਾਲ ਆ ਕੇ ਗੱਲਬਾਤ ਕਰਦੇ ਹਾਂ ਕਿ ਇਹਦੇ ਪਿੱਛੇ ਕੀ ਕਹਾਣੀ ਹੈ ਤੇ ਕਿਵੇਂ ਜਿਹੜਾ ਹੈ ਲੰਗਰ ਇੱਥੇ ਨਹੀਂ ਬਣਦਾ, ਬਾਵਜੂਦ ਇਸਦੇ ਜਿਹੜੀ ਸੰਗਤ ਹੈ ਉਹ ਇੱਥੋਂ ਕਦੇ ਵੀ ਭੁੱਖੀ ਨਹੀਂ ਜਾਂਦੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਪਹਿਲਾਂ ਤਾਂ ਮੈਨੂੰ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਇਹਦੀ ਮਹੱਤਤਾ ਬਾਰੇ ਦੱਸੋ। ਇਹ ਸਾਡਾ ਹੈਡਕੁਆਟਰ ਹੈਗਾ ਨਾਨਕਸਰ ਕਲੇਰਾਂ ਜੀ, ਸੰਤ ਕਲੇਰਾਂ ਵਾਲੇ, ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਜਿਨ੍ਹਾਂ ਨੇ ਮਰਜ਼ਾਦਾ ਚਲਾਈ ਆ ਜੀ। ਨਾ ਉੱਥੇ ਲੋਹ ਵਾਲਾ ਚੁੱਲ੍ਹਾ ਤੇ ਪ੍ਰਸ਼ਾਦਾ ਪੱਕਿਆ ਗਿਆ ਉੱਥੇ ਵੀ ਹੁੰਦਾ, ਜਿੱਥੇ ਵੀ ਬਰਾਂਚਾਂ ਬਣੀਆਂ ਸਾਡੀਆਂ ਬਗੈਰ ਮੰਗੇ ਤੋਂ। ਸੁਬਹਾ ਭਾਵੇਂ 1000 ਬੰਦਾ ਜਾ ਰੋਟੀ ਖਾਣ ਵਾਲਾ, ਆਪੇ ਆਪਣੀ ਚੱਲਦੇ ਕੰਮ ਸਾਰੇ। ਕੱਲ ਹੁਣ ਗੁਰਪੁਰਬ ਸੀ ਗੁਰੂ ਨਾਨਕ ਪਾਤਸ਼ਾਹ ਦਾ, ਇੰਨਾ ਸਖਤਾ ਹੜ੍ਹ ਆਇਆ ਸੀ ਨਾ ਤੇ ਪ੍ਰਸ਼ਾਦੇ ਦਾ ਕੋਈ ਅੰਤ ਨਹੀਂ ਸੀਗਾ ਜੀ। ਸੰਗਤਾਂ ਪ੍ਰਸ਼ਾਦਾਂ ਲਈ ਆਉਂਦੀਆਂ, ਕੀਰਤਨ ਦਰਬਾਰ ਚੱਲਿਆ ਪੂਰਾ ਦਿਨ, ਰਾਤ ਦੇ ਲੰਗਰ ਚੱਲਿਆ, ਦੁੱਧ ਚੱਲਿਆ ਪੂਰਾ, ਲੰਗਰ ਦੇਸੀ ਘਿਓ ਬਣ ਕੇ ਆਉਂਦਾ ਜੀ। ਜਿਹੜੇ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਹੋਏ ਆ, ਇਹ ਮਰਿਆਦਾ ਉਹਨਾਂ ਨੇ ਚਲਾਈ ਤੇ ਇਹ ਮਰਿਆਦਾ ਕਦੋਂ ਸ਼ੁਰੂ ਹੋਈ ਤੇ ਕਿਵੇਂ ਸ਼ੁਰੂ ਹੋਈ ਇਹਦੇ ਬਾਰੇ ਕੁਛ ਦੱਸ ਪਾਓਗੇ? 100 ਸਾਲ ਹੋ ਗਿਆ। ਅੱਛਾ ਜੀ, 100 ਸਾਲ ਪਹਿਲਾਂ ਇਹ ਮਰਿਆਦਾ ਸ਼ੁਰੂ ਹੋਈ ਵੀ ਨਾ ਇੱਥੇ ਲੋਭ ਲਾਲਚ ਹੈ ਤੇ ਨਾ ਚੁੱਲ੍ਹਾ ਹੈ, ਨਾ ਤਨਖਾਹ ਕਿਸੇ ਦੀ, ਨਾ ਤਨਖਾਹ ਕਿਸੇ, ਨਾ ਗੋਲਕ, ਨਾ ਕਮੇਟੀ, ਨਾ ਕੋਈ ਪ੍ਰਧਾਨ,
ਨਾ ਕੋਈ ਸੈਕਟਰੀ ਤੇ ਬਾਬਾ ਜੀ ਨੇ ਇੰਨੀ ਤਪੱਸਿਆ ਕੀਤੀ, ਜੰਗਲਾਂ 'ਚ ਭੁੱਖੇ ਰਿਹਾ ਤਪ ਕੀਤਾ ਵੱਡੇ ਬਾਬਾ ਜੀ ਨੇ। ਫਿਰ ਉੱਥੋਂ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਜੀ ਨੂੰ ਦਰਸ਼ਨ ਦਿੱਤੇ, ਬਾਬਾ ਜੀ ਨੇ ਭੋਗ ਲਵਾਇਆ ਗੁਰੂ ਸਾਹਿਬ ਨੂੰ। ਉੱਥੋਂ ਫਿਰ ਪੱਕੇ ਬਣੇ ਹੋਣ ਲੱਗੇ। ਗੁਰੂ ਸਾਹਿਬ ਨੇ ਕਿਹਾ ਨੰਦ ਜੀ ਮੰਗੋ ਕੇ ਮੰਗਦੇ ਹੋ, ਉਹਨੇ ਕਿਹਾ ਆਪਣਾ ਬਣਾ ਲਓ। ਸਾਰਾ ਬਾਬਾ ਜੀ ਨੇ ਬਖਸ਼ਿਸ਼ ਕਰਤੀ ਗੁਰੂ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ। ਤੇ ਪ੍ਰਚਾਰ ਸਿੱਖੀ ਜਾ ਕਰਦੇ ਅਸੀਂ, ਪੂਜਾ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਆ ਜੀ। ਕਿਸੇ ਬੰਦੇ ਨੂੰ ਮੱਥਾ ਨੀ ਟੇਕਣਾ, ਮੱਥਾ ਗੁਰੂ ਗ੍ਰੰਥ ਸਾਹਿਬ ਟੇਕਣਾ। ਬਾਬਾ ਜੀ ਲੰਗਰ ਨਹੀਂ ਬਣਦਾ ਗੁਰਦੁਆਰਾ ਸਾਹਿਬ ਚ, ਤੇ ਫਿਰ ਸੰਗਤਾਂ ਨੂੰ ਜਿਹੜੀ ਲੰਗਰ ਪ੍ਰਸ਼ਾਦਾ ਛਕਦੇ ਆ ਉਹ ਕਿੱਥੋਂ ਆਉਂਦਾ? ਘਰਾਂ ਚੋਂ ਵੱਡੇ ਵੱਡੇ ਅਫਸਰ ਲੈ ਕੇ ਆਉਂਦੇ ਆ। ਹੁਣ ਆਪਾਂ ਨਾ ਕਮਾਉਂਦੇ ਨੇ ਅਫਸਰਾਂ ਦੇ, ਹਨਾ ਜੱਜ ਹਾਈਕੋਰਟ ਦੇ, ਹੋਰ ਆਟੋਮੈਟਿਕ ਕੰਮ ਚੱਲਦਾ ਇਹ ਤਾਂ। ਤੁਸੀਂ 1000 ਬੰਦਾ ਲੈ ਆਓ ਸ਼ਾਮ ਨੂੰ, ਦੇਖੋ ਕਿਵੇਂ ਪ੍ਰਸ਼ਾਦਾ ਵੀ ਸਬਜ਼ੀਆਂ ਸਾਰੀਆਂ ਹੁੰਦੀਆਂ, ਦਾਲਾਂ ਜਿਵੇਂ ਵਿਆਹ ਤੇ ਆਪਾਂ ਬਣ ਰਹੇ ਖਾਣਾ, ਸਾਡਾ ਦੇਸੀ ਕੁਝ ਬਣ ਕੇ ਆਉਂਦਾ। ਬੀਬੀਆਂ ਇਸ਼ਨਾਨ ਕਰਦੀਆਂ, ਪਾਠ ਕਰਦੀਆਂ, ਸੁੱਚੇ ਮੂੰਹ ਬਣ ਕੇ ਥੁੱਕਣਾ ਪਵੇ ਤੇ ਗੁਰੂ ਘਰ ਲੰਗਰ ਬਣ ਕੇ ਜਾਣਾ ਵਾ। ਸੁੱਚੇ ਨੇ ਪ੍ਰਸ਼ਾਦਾ ਬਣਾ ਕੇ ਬੀਬੀਆਂ ਲਿਆਉਂਦੀਆਂ ਘਰਾਂ ਚੋਂ ਜੀ। ਤੇ ਬਾਬਾ ਜੀ ਇੱਥੇ ਚੰਡੀਗੜ੍ਹ ਦੇ ਵਿੱਚ ਇਸ ਗੁਰਦੁਆਰੇ ਨੂੰ ਬਣਿਆ ਕਿੰਨਾ ਸਮਾਂ ਹੋ ਗਿਆ? 50 ਸਾਲ ਹੋ ਗਿਆ ਜੀ। 50 ਸਾਲ ਹੋ ਗਿਆ ਤੇ 45 ਸਾਲ ਮੈਨੂੰ ਹੋ ਗਏ ਇੱਥੇ। ਅੱਛਾ ਜੀ, 45 ਸਾਲ ਤੋਂ ਤੁਸੀਂ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਹੋ ਜੀ। ਤੇ ਜਿਹੜਾ ਇਹਦਾ ਗੁਰਦੁਆਰਾ ਸਾਹਿਬ ਜਦੋਂ ਬਣਿਆ, ਹੁਣ ਗੋਲਕ ਦੀ ਪਰੰਪਰਾ ਤਾਂ ਹੈ ਨਹੀਂ, ਫਿਰ ਗੁਰਦੁਆਰਾ ਸਾਹਿਬ ਵਾਸਤੇ ਮਾਇਆ ਕਿੱਥੋਂ ਆਈ? ਲੋਕੀ ਗੁਪਤ ਸੇਵਾ ਕਰ ਜਾਂਦੇ ਆ, ਦਸਵੰਧ ਕੱਢਦੇ ਲੋਕ ਜੀ, ਮੰਗਣੇ ਨੀ ਗੇ। ਠੀਕ ਹੈ, ਸ਼ਰਧਾ ਲੱਖਾਂ ਵੀ ਲੋਕ ਮੱਥਾ ਟੇਕ ਜਾਂਦੇ ਆ, ਚੜਾਵਾ ਜ਼ਿਆਦਾ ਪੈਸੇ ਆ ਜਾਂਦੇ ਆ ਜੀ। ਗੋਬਿੰਦ 10 ਰੁਪਏ ਪਾਊਗਾ ਖੁੱਲੇ ਕੰਮ, ਦਾਨੀ ਬਹੁਤ ਪਏ ਪਰੇ ਦੇ ਪਰੇ ਗੋਤ ਦਾਨੀ। ਸਾਡੇ ਸਾਰੇ ਮਨੁੱਖੇ ਬਣੇ ਆ ਸਥਾਨ ਅੰਮ੍ਰਿਤਸਰ, ਇਕੱਲੇ ਉੱਥੇ ਇੰਗਲੈਂਡ 4-5 ਬਣੇ ਆ, ਅਮਰੀਕਾ 'ਚ, ਕੈਨੇਡਾ 'ਚ, ਉੱਥੇ ਵੀ ਇਹੀ ਮਰਿਆਦਾ ਜੀ। ਉੱਥੇ ਰੋਟੀ ਬਾਹਰੋਂ ਬਣ ਕੇ ਆਉਂਦੀ ਆ ਜੀ, ਮਤਲਬ ਸਭ ਪਾਸੇ ਇਹੀ ਮਰਿਆਦਾ ਹੈ ਵੀ ਰੋਟੀ ਜਿਹੜੀ ਹੈ ਉਹ ਸੰਗਤ ਆਪ ਬਣਾ ਕੇ ਲਿਆਉਂਦੀ ਆ ਤੇ ਬਾਕੀ ਦੀ ਸੰਗਤ ਨੂੰ ਵਰਤਾਈ ਜਾਂਦੀ ਆ। ਦਿੱਲੀ ਸ਼ਹਿਰ ਵਰਗੇ ਉੱਥੇ ਵੀ ਪ੍ਰਸ਼ਾਦ ਘਰਾਂ 'ਚ ਬਣ ਕੇ ਆਉਂਦਾ, ਦਿੱਲੀ, ਦੇਹਰਾਦੂਨ, ਸਾਰੇ ਹਿੰਦੁਸਤਾਨ ਸਾਡੇ ਸਥਾਨ ਬਣੇ ਹੋਏ ਆ ਜਿੱਥੇ ਕਮੇਟੀ ਕੋਈ ਨਹੀਂ, ਕੋਈ ਵੋਟਾਂ ਨਹੀਂ ਪੈਂਦੀਆਂ, ਕੋਈ ਪ੍ਰਧਾਨ ਨਹੀਂ ਬਣਦਾ, ਨਿਸ਼ਕਾਮ ਸੇਵਾ ਸਾਰੀ, ਨਿਸ਼ਕਾਮ ਸੇਵਾ, ਸ਼ਰਧਾ ਵਾਲੇ ਲੋਕ ਸਾਰੇ ਜੀ, ਕੋਈ ਲੜਾਈ ਨਹੀਂ, ਕੋਈ ਚੱਕਰ ਨਹੀਂ। ਸੋ ਇਹ ਸਨ ਬਾਬਾ ਗੁਰਦੇਵ ਸਿੰਘ ਜੀ ਨਾਨਕਸਰ ਵਾਲੇ, ਸੈਕਟਰ 28B ਦੇ ਵਿੱਚ ਗੁਰਦੁਆਰਾ ਸਾਹਿਬ ਸਥਿਤ ਹੈ। ਇਸ ਗੁਰਦੁਆਰੇ ਦੀ ਸਭ ਤੋਂ ਵੱਡੀ ਮਹੱਤਤਾ ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਉਹ ਇਹ ਹੈ ਕਿ ਇੱਥੇ ਨਾ ਲਾਲਚ ਹੈ, ਨਾ ਲੋਭ ਹੈ ਤੇ ਨਾ ਚੁੱਲ੍ਹਾ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮਾਤਾ ਜੀ ਤੁਸੀਂ ਕਿੰਨੇ ਸਮੇਂ ਤੋਂ ਇਹ ਗੁਰਦੁਆਰਾ ਸਾਹਿਬ ਆ ਰਹੇ ਹੋ? 40 ਸਾਲ ਤੋਂ। 40 ਸਾਲ ਤੋਂ ਗੁਰਦੁਆਰਾ ਸਾਹਿਬ ਆ ਰਹੇ ਜੀ, ਤੇ 40 ਸਾਲ ਤੋਂ ਲਗਾਤਾਰ ਇੱਕ ਰੂਟੀਨ ਤੁਹਾਡੀ ਬਣੀ ਹੋਈ ਹੈ। ਹਾਂਜੀ ਹਾਂਜੀ। ਤੇ ਕੀ ਸੇਵਾ ਕਰਦੇ ਹੋ ਇੱਥੇ ਆ ਕੇ? ਇੱਥੇ ਜੋ ਮਿਲਦੀ ਸਭ ਸੇਵਾ ਕਰਦੀ, ਪ੍ਰਸ਼ਾਦ ਦੇ ਦਿਨ ਸੇਵਾ ਕਰਦੀ ਹੋ, ਘਰ ਲੰਗਰ ਬਣਦਾ ਹੈ, ਚਾਹ ਬੱਚੇ ਝਾੜੂ ਲਾਉਣ ਲਾਤੇ, ਫੁੱਲਾਂ ਦੀ ਕਰੀ ਜਾਣੀ, ਜੋ ਵੀ ਸੇਵਾ ਇੱਥੇ ਸਾਫ ਸਫਾਈ ਦੀ, ਬਾਬਾ ਜੀ ਦੀ ਕਿਰਪਾ ਨਾਲ ਸਵੇਰ ਤੋਂ ਸ਼ਾਮ ਤੱਕ। ਅੱਛਾ ਜੀ। ਇੱਥੇ ਸਾਡਾ ਘਰ ਨੇੜੇ ਹੀ ਹੈ, ਬਾਬਾ ਜੀ ਦੀ ਕਿਰਪਾ ਨਾਲ ਕੋਠੀ ਮਿਲੀ ਸਾਨੂੰ 26 ਨੰਬਰ। ਅੱਛਾ ਜੀ। ਹਾਂਜੀ, ਤੇ ਪਹਿਲਾਂ ਅਸੀਂ ਨਵੇਂ ਗਾਉਣ ਚਲੇ ਗਏ ਸੀਗੇ, ਫਿਰ 27 ਚ ਰਹਿੰਦੇ ਸੀਗੇ, ਫਿਰ ਨਵੇਂ ਗਾਉਣ ਚਲੇ ਗਏ, ਉੱਥੋਂ ਫਿਰ ਸਾਨੂੰ ਆਉਣਾ ਔਖਾ ਲੱਗਦਾ ਸੀਗਾ, ਉਹਨੂੰ ਫਿਰ ਦੂਰ ਪੈ ਜਾਂਦਾ ਸੀਗਾ ਪੜ ਕੇ ਆਉਣਾ, ਜਿਸ ਤਰ੍ਹਾਂ ਪ੍ਰਸ਼ਾਦੇ ਬਣਾਉਣੇ, ਫਿਰ ਸੀਗਾ ਬਾਬਾ ਜੀ ਸਾਡੇ ਕੋਲ ਆਇਆ ਨੀ ਜਾਂਦਾ ਦੂਰ ਤੋਂ, ਤੇ ਫਿਰ ਬਾਬਾ ਜੀ ਕਹਿੰਦੇ ਮਾਤਾ ਨੇੜੇ ਲੈ ਲਓ ਕੋਠੀ, ਤੇ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ,
ਸਾਡੇ ਕੋਈ ਟਰੈਵਲ ਦਾ ਕੰਮ ਆ ਨਾ ਬੇਟਿਆਂ ਦਾ ਟੈਕਸੀ ਦਾ। ਅੱਛਾ ਜੀ, 27 ਪੂਰਨ ਟਰੈਵਲ ਦਾ ਕੰਮ ਹੈ। ਹਾਂਜੀ ਹਾਂਜੀ 27 ਬਸ ਫਿਰ ਬਾਬਾ ਜੀ ਨੇ ਐਸੀ ਕਿਰਪਾ ਕੀਤੀ ਇੱਥੇ ਆ ਗਏ, ਹੁਣ ਇੱਥੇ ਸਾਰਾ ਦਿਨ ਸੇਵਾ ਕਰਾਉਂਦੀ ਰਹਿੰਦੀ। ਵਾਹ ਜੀ ਵਾਹ। ਨਵਾਂ ਗਰਾਉਂ ਦੇ ਵਿੱਚ ਚਲੇ ਗਏ, ਉੱਥੇ ਮਕਾਨ ਬਣਾਇਆ ਤੇ ਉਸ ਅੱਛਾ ਵਾਹ ਜੀ ਵਾਹ ਜੀ ਵਾਹ। ਉਸ ਤੋਂ ਬਾਅਦ ਬਾਬਾ ਜੀ ਨੇ ਫਿਰ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਕੋਠੀ ਬਣਾ ਦਿੱਤੀ। ਹਾਂਜੀ ਦੋ ਬਣ ਗਈਆਂ ਜੀ। ਵਾਹ ਜੀ ਵਾਹ ਜੀ ਵਾਹ। ਬਾਬਾ ਜੀ ਦੀ ਕਿਰਪਾ ਨਾਲ ਨਾ ਜੀ ਦੋ ਕੋਠੀਆਂ ਬਣ ਗਈਆਂ। ਹੁਣ ਮੈਂ ਇੱਥੇ ਫੁੱਲ ਬੂਟੇ ਲਵਾਈ ਜਾਂਦੀ ਆ। ਅੱਛਾ, ਤੇ ਸਰਦੀ ਦੇ ਖਤਮ ਹੁੰਦੇ ਗਰਮੀ ਦੇ ਲਵਾ ਦਿੰਦੇ, ਗਰਮੀ ਦੇ ਖਤਮ ਹੁੰਦੇ ਸਰਦੀ ਦੇ ਲਵਾ ਦਿੰਦੀ ਆ। ਫੁੱਲਾਂ ਦੀ ਸੇਵਾ ਕਰਦੇ ਹਾਂਜੀ, ਸੌਂਗਾ ਸਭ ਬਾਗ ਪਾਰਕ ਵਿੱਚ ਵੀ ਉਧਰ ਜੋ ਜੋ ਇੱਥੇ ਪੌਦੇ ਲਾਉਣੇ, ਸਾਫ਼ ਸਫ਼ਾਈ ਕਰਾਉਣੀ, ਸਭ ਆਪਣੇ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਆਉਂਦੇ। ਹਾਂ, ਮੇਰੀ ਭੈਣ ਆਈ ਸੀ ਕਿ ਮੈਂ ਚੱਲ ਤੈਨੂੰ ਫੁੱਲ ਦਿਖਾ ਕੇ ਲਿਆਵਾਂ, ਆਪਣੇ ਸਾਰੇ ਉੱਧਰ ਲਾਏ ਹੋਏ ਨਾ ਫੁੱਲ, ਠੀਕ ਹੈ, ਤੇ ਉੱਥੇ ਲੱਗੀ ਰਹਿੰਦੀ ਆ ਮੈਂ। ਮੇਰੇ ਨਾਲ ਇੱਕ ਹੋਰ ਮਾਤਾ ਜੀ ਨੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਮਾਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮਾਤਾ ਜੀ, ਕਿੰਨੇ ਸਮੇਂ ਤੋਂ ਤੁਸੀਂ ਗੁਰਦੁਆਰਾ ਸਾਹਿਬ ਆ ਰਹੇ ਹੋ? ਅਸੀਂ ਇਹਨਾਂ ਦੇ ਘਰ ਆਉਂਦੇ ਤੇ ਜਦ ਵੀ ਆਉਂਦੇ ਆ ਕੇ ਜਾਂਦੇ। ਅੱਛਾ ਅੱਛਾ। ਹਾਂਜੀ, ਐਮਪੀ ਚ ਰਹਿੰਦੇ ਸੀ, ਜਬਲਪੁਰ। ਅੱਛਾ, ਤੁਸੀਂ ਜਬਲਪੁਰ ਐਮਪੀ ਚ ਰਹਿੰਦੇ ਹੋ ਤੇ ਉੱਥੋਂ ਆਏ ਹੋ? ਉੱਥੋਂ ਆਏ ਭੈਣ ਦੇ ਕੋਲ। ਅੱਛਾ, ਇਹਨਾਂ ਦੇ ਘਰ ਆਉਂਦੇ ਤੇ ਇੱਥੇ ਜਰੂਰ ਆਉਂ ਕੇ ਜਾਂਦੇ ਅਸੀਂ, ਬਾਬਾ ਜੀ ਨੂੰ ਮਿਲ ਕੇ ਜਾਂਦੇ ਹਮੇਸ਼ਾ। ਠੀਕ ਹੈ ਜੀ, ਜਿੰਨੀ ਵਾਰ ਆਉਣਾ ਬਾਬਾ ਜੀ ਨੂੰ ਮਿਲ ਕੇ ਜਾਣਾ। ਬੇਟੇ ਦਾ ਵਿਆਹ, ਹੁਣ ਬਾਬਾ ਜੀ ਨੂੰ ਇਨਵਾਈਟ ਕਰਨ ਆਏ। ਅੱਛਾ ਅੱਛਾ, ਵਿਆਹ ਦਾ ਕਾਰਡ ਦੇਣ ਆਏ। ਠੀਕ ਹੈ ਜੀ, ਮਿਹਰਬਾਨੀ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਸ਼ੁਭ ਨਾਮ ਹੈ ਤੁਹਾਡਾ? ਵਿਧੀ ਚੰਦ ਜੀ। ਵਿਧੀ ਚੰਦ ਜੀ, ਇਹ ਗੁਰਦੁਆਰਾ ਸਾਹਿਬ ਤੁਸੀਂ ਸੇਵਾ ਕਰਦੇ ਹੋ? ਹਾਂਜੀ। ਕਿੰਨੇ ਸਮੇਂ ਤੋਂ ਤੁਸੀਂ ਆ ਰਹੇ ਹੋ ਸੇਵਾ ਕਰਦੇ ਆ ਰਹੇ ਹੋ? ਹੋ ਗਏ ਜੀ ਕੋਈ 40 ਸਾਲ ਹੋ ਗਏ ਆ। 40 ਸਾਲ ਹੋ ਗਏ? 30 ਸਾਲ। ਹਾਂ, 30 ਸਾਲ। ਤੁਸੀਂ ਵੈਸੇ ਇਸ ਤੋਂ ਪਹਿਲਾਂ ਕੀ ਗਵਰਨਮੈਂਟ ਜੌਬ ਸੀਗੇ? ਹਾਂਜੀ। ਕਿਸ ਡਿਪਾਰਟਮੈਂਟ ਸੀਗੇ? ਐਫਸੀਆਈ ਦੇ ਵਿੱਚ। ਐਫਸੀਆਈ ਦੇ ਵਿੱਚ, ਤੇ 40 ਸਾਲ ਤੋਂ 30 ਸਾਲ ਤੋਂ ਲਗਾਤਾਰ ਤੁਸੀਂ ਸੇਵਾ ਕਰਦੇ ਆ ਰਹੇ ਹੋ। ਕੀ ਸੇਵਾ ਕਰਦੇ ਹੋ ਉੱਥੇ ਆ ਕੇ? ਬਾਬਾ ਜੀ ਨਾਲ ਮਤਲਬ ਤੁਸੀਂ ਸੇਵਾ ਬਾਬਾ ਜੀ ਨਾਲ ਕਰ ਲਈ ਦੀ। ਅੱਛਾ, ਲੰਗਰ ਦੀ ਸੇਵਾ ਜਾਂ ਕੋਈ ਹੋਰ ਜੋ ਵੀ ਜੋ ਬਾਬਾ ਜੀ ਹੁਕਮ ਕਰਦੇ ਕਰਦੀ ਸੀ। ਤੇ ਕੀ ਗੁਰਦੁਆਰਾ ਸਾਹਿਬ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਮਰਿਆਦਾ ਹੈ, ਜਾਂ ਜਿਵੇਂ ਕਹਿੰਦੇ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਨਹੀਂ ਬਣਦਾ, ਬਾਹਰੋਂ ਲੰਗਰ ਆਉਂਦਾ, ਤੇ ਇਹਦੀ ਮੈਨੂੰ ਥੋੜ੍ਹਾ ਜਿਹਾ ਬਾਰੇ ਦੱਸੋ ਪਲੀਜ਼। ਪੱਕਾ ਪਕਾਇਆ ਆਉਂਦਾ ਜੀ? ਅੱਛਾ, ਪੱਕਾ ਪਕਾਇਆ ਆਉਂਦਾ, ਉਹ ਤੋਂ ਪਹਿਲੇ ਪੱਕਾ ਪਕਾਇਆ ਆ ਰਿਹਾ ਜੀ। ਅੱਛਾ, ਸ਼ੁਰੂ ਤੋਂ ਹੀ ਪੱਕਿਆ ਪਕਾਇਆ ਲੋਕਾਂ ਦੇ ਘਰਾਂ ਦੇ ਵਿੱਚੋਂ? ਵਾਰੀ ਲੱਗੀ, ਲੋਕਾਂ ਦੀ ਵਾਰੀ ਲੱਗੀ ਹੋਈ ਹੈ ਜੀ। ਅੱਛਾ, ਵਾਰੀਆਂ ਆਪਣੀ ਵਾਰੀ ਦੇ ਲੋਕੀ ਮਤਲਬ ਕਰਦੇ ਆ, ਲੈ ਕੇ ਆਉਂਦੇ ਆ। ਠੀਕ ਹੈ ਜੀ, ਆਪਾਂ ਆਪਣੀ ਵਾਰੀ ਦੇ ਹਿਸਾਬ ਨਾਲ ਸਵੇਰੇ ਦੁਪਹਿਰੇ ਸ਼ਾਮ। ਅੱਛਾ, ਪਹਿਲਾਂ ਹੀ ਵਾਰੀ ਵੀ ਬੁਟੀਕ ਕਰਦੇ ਆ, ਸਾਡੀ ਵਾਰੀ ਆਵੇ ਤੇ ਅਸੀਂ ਲੰਗਰ ਚੱਕ ਜਾਈਏ। ਠੀਕ ਹੈ ਜੀ, ਤੇ ਤੁਸੀਂ ਇਕੱਲੇ ਆ ਰਹੇ ਹੋ, ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਆ ਰਿਹਾ? ਕਰਦੇ ਵੀ ਆਉਂਦੇ, ਸਵੇਰੇ ਆਏ ਸੀ, ਰਾਤ ਨੂੰ ਆਏ ਸੀਗੇ। ਅੱਛਾ, ਮੈਂ ਬਾਬੇ 2 ਵਜੇ ਤੱਕ ਬਾਬਾ ਜੀ ਨਾਲ ਰਹਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਕਿੰਨੇ ਸਾਲ ਤੋਂ ਸੇਵਾ ਕਰ ਰਹੇ ਹੋ ਗੁਰਦੁਆਰਾ ਸਾਹਿਬ? 12 ਸਾਲ ਹੋ ਗਏ ਸਾਨੂੰ। ਜਿੰਨੀ ਮਰਜ਼ੀ ਕਰੋ ਸੇਵਾ ਦੀ, ਸਵੇਰੇ ਸ਼ਾਮ ਜਿੰਨੀ ਮਰਜ਼ੀ ਕਰੀ ਜਾਓ ਸੇਵਾ। ਠੀਕ ਹੈ, ਹਾਂ, ਦੁਪਹਿਰੇ ਵੀ, ਸਵੇਰੇ ਵੀ, ਸ਼ਾਮ ਨੂੰ ਆਈਦਾ, ਇਨ ਤਿੰਨ ਟਾਈਮ ਆਈਦਾ। ਠੀਕ ਹੈ, ਤੇ ਬਾਬਾ ਦੀ ਕਿਰਪਾ, ਸੇਵਾ ਕਰਕੇ ਬੜਾ ਸਕੂਨ, ਬਹੁਤ ਵਧੀਆ ਨਜ਼ਾਰੇ ਮਿਲਦੇ, ਮੌਜਾਂ ਕਰ ਰਹੇ ਹਾਂ। ਗਵਰਨਮੈਂਟ ਦੀ ਨੌਕਰੀ ਰਿਟਾਇਰ ਹੋਏ ਆ। ਅੱਛਾ ਅੱਛਾ, ਪੈਨਸ਼ਨ ਲੈ ਰਹੇ ਹਾਂ, ਮੌਜਾਂ ਕਰ ਰਹੇ ਹਾਂ। ਅੱਛਾ, ਰਿਟਾਇਰਮੈਂਟ ਤੁਸੀਂ ਕਿਸ ਡਿਪਾਰਟਮੈਂਟ ਦੇ ਵਿੱਚ ਸੀਗੇ ਪਹਿਲਾਂ? ਸਿਟੀਯੂ ਤੋਂ। ਅੱਛਾ, ਸਿਟੀਯੂ ਤੋਂ ਰਿਟਾਇਰ ਹੋਣ ਤੋਂ ਬਾਅਦ ਹੁਣ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਸੇਵਾ ਕਰਦੇ ਹੋ? ਸਿਟੀਯੂ ਪਹਿਲਾਂ ਵੀ ਸੇਵਾ ਕਰਦੇ? ਹਾਂ, ਪਹਿਲਾਂ ਜੋ ਟਾਈਮ ਲੱਗਦਾ ਉਹ ਜਾਈਦਾ ਸੀ। ਅੱਛਾ ਜੀ, ਰਾਤ ਨੂੰ 10-10, 11-11 ਜਾਂਦੇ ਸੀ ਰਾਤ ਦੇ। ਵਾਹ ਜੀ ਵਾਹ, ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਬਸ ਮਾਤਾ ਕਿਰਪਾ ਜੀ। ਵਾਹ ਜੀ ਵਾਹ। ਇਹ ਸੀ ਗੁਰਦੁਆਰਾ ਨਾਨਕਸਰ ਸਾਹਿਬ। ਨਾਨਕਸਰ ਸਾਹਿਬ ਦੀ ਜਿਹੜੀ ਸੰਪਰਦਾ, ਜਿਹੜੀ ਪਰੰਪਰਾ ਹੈ, ਉਹ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਵੱਲੋਂ ਸ਼ੁਰੂ ਕੀਤੀ ਗਈ।
ਇਹ ਆਪਣੇ ਆਪ ਦੇ ਵਿੱਚ ਇੱਕ ਅਜਿਹੀ ਸੰਪਰਦਾ, ਅਜਿਹੀ ਪਰੰਪਰਾ ਤੇ ਅਜਿਹਾ ਗੁਰਦੁਆਰਾ ਹੈ ਜਿੱਥੇ ਨਾ ਲੋਭ ਹੈ, ਨਾ ਲਾਲਚ ਹੈ ਤੇ ਨਾ ਚੁੱਲ੍ਹਾ ਹੈ। ਜੇਕਰ ਸਾਰੇ ਧਾਰਮਿਕ ਸਥਾਨ, ਜੇਕਰ ਸਾਰੀਆਂ ਧਾਰਮਿਕ ਸੰਸਥਾਵਾਂ ਇਸੇ ਤਰੀਕੇ ਨਾਲ ਇਸੇ ਤਰਜ਼ ਤੇ ਕੰਮ ਕਰਨ ਲੱਗ ਜਾਣ ਤੇ ਧਰਮ ਆਪਣੇ ਆਪ ਵਿੱਚ ਇੱਕ ਬਹੁਤ ਹੀ ਅਨੋਖੀ ਤੇ ਵੱਖਰੀ ਚੀਜ਼ ਬਣ ਜਾਏਗੀ। ਵੀਡੀਓ ਜਰਨਲਿਸਟ ਅਜੀਤ ਕੌਸ਼ਲ ਦੇ ਨਾਲ ਅਰਜਿੰਦਰ ਦੱਤ, ਅਰਥ ਪ੍ਰਕਾਸ਼ ਟੀਵੀ।